ਓਮਕਾਰ ਨਗਰ ਫਗਵਾੜਾ ਵਿਖੇ ਸਾਬਕਾ ਕੌਂਸਲਰ ਚੰਦਾ ਮਿਸ਼ਰਾ ਦੀ ਅਗਵਾਈ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਇਸ ਸੰਬੰਧੀ ਕਰਵਾਏ ਗਏ ਸਮਾਗਮ ਦੌਰਾਨ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਧਰਮਪਤਨੀ ਸ਼੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ 35 ਨਵ ਜਨਮੀਆਂ ਲੜਕੀਆਂ ਦੀ ਲੋਹੜੀ ਪਾਈ ਗਈ, ਜਿਨ੍ਹਾਂ ਨੂੰ ਅਨੀਤਾ ਸੋਮ ਪ੍ਰਕਾਸ਼ ਨੇ ਮੂੰਗਫਲੀ ਰਿਓੜੀਆਂ ਤੇ ਸੂਟ ਦਿੱਤੇ। इस मौके अनीता सोम प्रकाश ने सारे लोहड़ी के त्यौहार की मुबारकबाद देंदया कहा कि उन्होंने वालों शहर के हर बार च धियां की लोहड़ी पाई जा रही है। इस मौके चंदा मिश्रा ते महल्ला दियां होर महिलावां ने अनीता सोम प्रकाश का लोहड़ी के त्यौहार विच पहुंचने ते धन्नवाद किया। ਸੋਮ ਪ੍ਰਕਾਸ਼ ਮੈਮ ਨੂੰ ਬੁਲਾਇਆ ਆ, ਸਾਰਿਆਂ ਨੂੰ ਪਹਿਲੇ ਸੱਦਿਆ ਸੀ ਕਿ ਦੀਵਾਲੀ ਨੂੰ ਲੋਹੜੀ ਦਾ ਪ੍ਰੋਗਰਾਮ ਕਰਾਉਣ ਲਈ। 35-40 ਬੱਚੇ ਨੇ ਅਸੀਂ ਦਿੱਤਾ ਆ ਉਹਨਾਂ ਨੂੰ ਸਮਾਨ, ਮੈਡਮ ਨੇ ਦਿੱਤਾ, ਬੁਲਾਇਆ ਉਹਨਾਂ ਨੂੰ ਤੇ ਨਾਲੇ ਉਹਨਾਂ ਨੂੰ ਕਿਹਾ ਕਿ ਖੁਸ਼ੀਆਂ ਨਾਲ ਭਰਿਆ ਹੋਵੇ ਉਹਨਾਂ ਦਾ ਦਿਨ ਤਿਉਹਾਰ, ਤੇ ਅੱਗੇ ਆਉਣ ਵਾਲਾ ਸਮਾਂ ਵੀ ਉਹਨਾਂ ਲਈ ਬਹੁਤ ਵਧੀਆ ਹੋਵੇ, ਤੇ ਅੱਗੇ ਖੁਸ਼ੀਆਂ ਉਹਨਾਂ ਦੇ ਝੋਲੀ 'ਚ ਪਏ ਜਾਏ ਕਿ ਹਾਂ ਵੀ ਚਲੋ ਰੱਬ ਉਹਨਾਂ ਨੂੰ ਅੱਗੇ ਅਰਦਾਸ ਕਰਦੇ ਆ ਕਿ ਹੁਣ ਸਾਡੇ ਲਈ ਇਹ ਸਮਾਂ ਤੇ ਆਉਣ ਵਾਲਾ ਸਮਾਂ ਬਹੁਤ ਵਧੀਆ ਰਹੇ। ਜੀ ਸਾਡੇ ਵਾਰਡ ਮੁਹੱਲਾ ਓਮਕਾਰ ਨਗਰ ਦੇ ਵਿੱਚ ਅੱਜ ਧੀਆਂ ਦੀ ਲੋਹੜੀ ਮਨਾਈ ਗਈ, ਜੋ ਕਿ 1 ਮੰਥ ਤੋਂ ਲੈ ਕੇ 4 ਮੰਥ ਦੀਆਂ ਬੇਟੀਆਂ ਦੀ ਲੋਹੜੀ ਪਾਈ। ਮੈਡਮ ਅਨੀਤਾ ਸੋਮ ਪ੍ਰਕਾਸ਼ ਜੀ ਆਏ ਆ ਤੇ ਇੱਥੇ 35 ਲੜਕੀਆਂ ਦੀ ਲੋਹੜੀ ਮਨਾਈ ਆ, ਤੇ ਇੱਥੇ ਸਾਰੇ ਵਾਰਡ ਵਾਲਿਆਂ ਨੂੰ ਬਹੁਤ ਖੁਸ਼ੀ, ਮਤਲਬ ਲੋਹੜੀ ਦਾ ਤਿਉਹਾਰ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ, ਤੇ ਅਸੀਂ ਇਹੀ ਸੁਨੇਹਾ ਲਾਉਂਦੇ ਪੈਂਦੇ ਹਾਂ। ਹੋਮ ਹੋਮ ਆ ਕੇ ਲੇਡੀਜ਼ ਪਹੁੰਚੀਆਂ ਆ ਬੱਚੇ ਲੈ ਕੇ, ਤੇ ਸਾਨੂੰ ਮੈਡਮ ਆਏ ਆ, ਸਾਰਿਆਂ ਨੂੰ ਪਿਆਰ ਆਸ਼ੀਰਵਾਦ ਦਿੱਤਾ ਮੈਡਮ ਨੇ, ਤੇ ਅਸੀਂ ਅਰਦਾਸ ਕਰਦੇ ਹਾਂ ਲੋਹੜੀ ਦਾ ਤਿਉਹਾਰ ਸਾਰਿਆਂ ਨੂੰ ਖੁਸ਼ੀਆਂ ਲੈ ਕੇ।